ਸਕੂਟੀ ਨਹੀਂ ਹੋਈ ਚੋਰੀ ਤਾਂ ਡਿੱਕੀ ਚੋਂ ਕੱਢ ਲਏ ਡਾਕੂਮੈਂਟ। ਆ ਵੇਖੋ ਇਸ ਚੋਰ ਦੀ ਕਰਤੂਤ। ਜੇ ਸੀਸੀਟੀਵੀ ਕੈਮਰਾ ਨਾ ਹੁੰਦਾ ਤਾਂ ਨਹੀਂ ਲੱਗਣਾ ਸੀ ਕਿਸੇ ਨੂੰ ਪਤਾ। ਤੁਸੀਂ ਅਕਸਰ ਚੋਰੀਆਂ ਸੁਣੀਆਂ ਹੋਣਗੀਆਂ ਜਿਸ ਦੇ ਵਿੱਚ ਚੋਰਾਂ ਵੱਲੋਂ ਜੇ ਵਹੀਕਲ ਦਾ ਲੋਕ ਖੁੱਲ੍ਹ ਜਾਂਦਾ ਹੈ ਤਾਂ ਚੋਰੀ ਕਰ ਲੈਂਦੇ ਨੇ, ਪਰ ਜੇਕਰ ਲੋਕ ਨਹੀਂ ਖੁੱਲ੍ਹਦਾ ਤਾਂ ਉਹ ਉੱਥੋਂ ਚਲੇ ਜਾਂਦੇ ਨੇ। ਪਰ ਇਹ ਚੋਰ ਅਜਿਹਾ ਨਹੀਂ ਸੀ। ਇਹ ਇੰਨਾ ਸ਼ਾਤਿਰ ਸੀ ਕਿ ਇਸਦੇ ਵੱਲੋਂ ਪਹਿਲਾਂ ਸਕੂਟੀ ਦਾ ਲੋਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦ ਇਹ ਲੋਕ ਨਹੀਂ ਖੁੱਲ੍ਹਦਾ ਤਾਂ ਇਹ ਉਸਦੀ ਡਿੱਕੀ 'ਚ ਪਏ ਡਾਕੂਮੈਂਟ ਕੱਢ ਲੈਂਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਅਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਜਿਸ ਤੋਂ ਬਾਅਦ ਇਹ ਸ਼ਖਸ ਜਦ ਬਾਹਰ ਆ ਕੇ ਵੇਖਦਾ ਹੈ ਤਾਂ ਇਸਦੀ ਡਿੱਕੀ ਖੁੱਲ੍ਹੀ ਹੁੰਦੀ ਹੈ ਅਤੇ ਇਸਦੇ ਵਿੱਚੋਂ ਉਸਦੇ ਜ਼ਰੂਰੀ ਜਿਹੜੇ ਕਾਗਜ਼ਾਤ ਹੁੰਦੇ ਨੇ ਉਹ ਗਾਇਬ ਹੁੰਦੇ ਨੇ। ਤਾਂ ਦੱਸ ਦੇ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇਹ ਚੋਰ ਸਕੂਟੀ ਚੋਰੀ ਕਰਨ ਦੇ ਲਈ ਆਉਂਦਾ ਹੈ ਤਾਂ ਇਸਦੇ ਵੱਲੋਂ ਇਸ ਸਕੂਟੀ ਦਾ ਲੋਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਇਹ ਲੋਕ ਨੂੰ ਖੋਲ੍ਹਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ। ਜਿਸ ਤੋਂ ਬਾਅਦ ਇਹ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਇਸ ਸਕੂਟੀ ਦੀ ਡਿੱਕੀ ਨੂੰ ਖੋਲ੍ਹ ਲੈਂਦਾ ਹੈ ਅਤੇ ਇਸਦੇ ਵਿੱਚ ਮੌਜੂਦ ਸ਼ਖਸ ਦੇ ਡਾਕੂਮੈਂਟ ਕੱਢ ਲੈਂਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ। ਜਿਸ ਤੋਂ ਬਾਅਦ ਹੁਣ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਦੇ ਆਧਾਰ 'ਤੇ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟੀ ਨਹੀਂ ਹੋਈ ਚੋਰੀ ਤਾਂ ਡਿੱਕੀ 'ਚੋਂ ਕੱਢ ਲਏ ਡਾਕੂਮੈਂਟ। ਆ ਵੇਖੋ ਇਸ ਚੋਰ ਦੀ ਕਰਤੂਤ। ਜੇ ਸੀਸੀਟੀਵੀ ਕੈਮਰਾ ਨਾ ਹੁੰਦਾ ਤਾਂ ਨਹੀਂ ਲੱਗਣਾ ਸੀ ਕਿਸੇ ਨੂੰ ਪਤਾ। ਤੁਸੀਂ ਅਕਸਰ ਚੋਰੀਆਂ ਸੁਣੀਆਂ ਹੋਣਗੀਆਂ ਜਿਸ ਦੇ ਵਿੱਚ ਚੋਰਾਂ ਵੱਲੋਂ ਜੇ ਵਹੀਕਲ ਦਾ ਲੋਕ ਖੁੱਲ੍ਹ ਜਾਂਦਾ ਹੈ ਤਾਂ ਚੋਰੀ ਕਰ ਲੈਂਦੇ ਨੇ, ਪਰ ਜੇਕਰ ਲੋਕ ਨਹੀਂ ਖੁੱਲ੍ਹਦਾ ਤਾਂ ਉਹ ਉੱਥੋਂ ਚਲੇ ਜਾਂਦੇ ਨੇ। ਪਰ ਇਹ ਚੋਰ ਅਜਿਹਾ ਨਹੀਂ ਸੀ। ਇਹ ਇੰਨਾ ਸ਼ਾਤਿਰ ਸੀ ਕਿ ਇਸਦੇ ਵੱਲੋਂ ਪਹਿਲਾਂ ਸਕੂਟੀ ਦਾ ਲੋਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦ ਇਹ ਲੋਕ ਨਹੀਂ ਖੁੱਲ੍ਹਦਾ ਤਾਂ ਇਹ ਉਸਦੀ ਡਿੱਕੀ 'ਚ ਪਏ ਡਾਕੂਮੈਂਟ ਕੱਢ ਲੈਂਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਅਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਜਿਸ ਤੋਂ ਬਾਅਦ ਇਹ ਸ਼ਖਸ ਜਦ ਬਾਹਰ ਆ ਕੇ ਵੇਖਦਾ ਹੈ ਤਾਂ ਇਸਦੀ ਡਿੱਕੀ ਖੁੱਲ੍ਹੀ ਹੁੰਦੀ ਹੈ ਅਤੇ ਇਸਦੇ ਵਿੱਚੋਂ ਉਸਦੇ ਜ਼ਰੂਰੀ ਜਿਹੜੇ ਕਾਗਜ਼ਾਤ ਹੁੰਦੇ ਨੇ ਉਹ ਗਾਇਬ ਹੁੰਦੇ ਨੇ। ਤਾਂ ਦੱਸ ਦੇ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇਹ ਚੋਰ ਸਕੂਟੀ ਚੋਰੀ ਕਰਨ ਦੇ ਲਈ ਆਉਂਦਾ ਹੈ ਤਾਂ ਇਸਦੇ ਵੱਲੋਂ ਇਸ ਸਕੂਟੀ ਦਾ ਲੋਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਇਹ ਲੋਕ ਨੂੰ ਖੋਲ੍ਹਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ। ਜਿਸ ਤੋਂ ਬਾਅਦ ਇਹ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਇਸ ਸਕੂਟੀ ਦੀ ਡਿੱਕੀ ਨੂੰ ਖੋਲ੍ਹ ਲੈਂਦਾ ਹੈ ਅਤੇ ਇਸਦੇ ਵਿੱਚ ਮੌਜੂਦ ਸ਼ਖਸ ਦੇ ਡਾਕੂਮੈਂਟ ਕੱਢ ਲੈਂਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ। ਜਿਸ ਤੋਂ ਬਾਅਦ ਹੁਣ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਦੇ ਆਧਾਰ 'ਤੇ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਸਕੂਟੀ ਨਹੀਂ ਹੋਈ ਚੋਰੀ ਤਾਂ ਡਿੱਕੀ 'ਚੋਂ ਕੱਢ ਲਏ ਡਾਕੂਮੈਂਟ। ਆ ਵੇਖੋ ਇਸ ਚੋਰ ਦੀ ਕਰਤੂਤ। ਜੇ ਸੀਸੀਟੀਵੀ ਕੈਮਰਾ ਨਾ ਹੁੰਦਾ ਤਾਂ ਨਹੀਂ ਲੱਗਣਾ ਸੀ ਕਿਸੇ ਨੂੰ ਪਤਾ। ਤੁਸੀਂ ਅਕਸਰ ਚੋਰੀਆਂ ਸੁਣੀਆਂ ਹੋਣਗੀਆਂ ਜਿਸ ਦੇ ਵਿੱਚ ਚੋਰਾਂ ਵੱਲੋਂ ਜੇ ਵਹੀਕਲ ਦਾ ਲੋਕ ਖੁੱਲ੍ਹ ਜਾਂਦਾ ਹੈ ਤਾਂ ਚੋਰੀ ਕਰ ਲੈਂਦੇ ਨੇ, ਪਰ ਜੇਕਰ ਲੋਕ ਨਹੀਂ ਖੁੱਲ੍ਹਦਾ ਤਾਂ ਉਹ ਉੱਥੋਂ ਚਲੇ ਜਾਂਦੇ ਨੇ। ਪਰ ਇਹ ਚੋਰ ਅਜਿਹਾ ਨਹੀਂ ਸੀ। ਇਹ ਇੰਨਾ ਸ਼ਾਤਿਰ ਸੀ ਕਿ ਇਸਦੇ ਵੱਲੋਂ ਪਹਿਲਾਂ ਸਕੂਟੀ ਦਾ ਲੋਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦ ਇਹ ਲੋਕ ਨਹੀਂ ਖੁੱਲ੍ਹਦਾ ਤਾਂ ਇਹ ਉਸਦੀ ਡਿੱਕੀ 'ਚ ਪਏ ਡਾਕੂਮੈਂਟ ਕੱਢ ਲੈਂਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਅਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਜਿਸ ਤੋਂ ਬਾਅਦ ਇਹ ਸ਼ਖਸ ਜਦ ਬਾਹਰ ਆ ਕੇ ਵੇਖਦਾ ਹੈ ਤਾਂ ਇਸਦੀ ਡਿੱਕੀ ਖੁੱਲ੍ਹੀ ਹੁੰਦੀ ਹੈ ਅਤੇ ਇਸਦੇ ਵਿੱਚੋਂ ਉਸਦੇ ਜ਼ਰੂਰੀ ਜਿਹੜੇ ਕਾਗਜ਼ਾਤ ਹੁੰਦੇ ਨੇ ਉਹ ਗਾਇਬ ਹੁੰਦੇ ਨੇ। ਤਾਂ ਦੱਸ ਦੇ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇਹ ਚੋਰ ਸਕੂਟੀ ਚੋਰੀ ਕਰਨ ਦੇ ਲਈ ਆਉਂਦਾ ਹੈ ਤਾਂ ਇਸਦੇ ਵੱਲੋਂ ਇਸ ਸਕੂਟੀ ਦਾ ਲੋਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਇਹ ਲੋਕ ਨੂੰ ਖੋਲ੍ਹਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ। ਜਿਸ ਤੋਂ ਬਾਅਦ ਇਹ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਇਸ ਸਕੂਟੀ ਦੀ ਡਿੱਕੀ ਨੂੰ ਖੋਲ੍ਹ ਲੈਂਦਾ ਹੈ ਅਤੇ ਇਸਦੇ ਵਿੱਚ ਮੌਜੂਦ
ਸ਼ਖਸ ਦੇ ਡਾਕੂਮੈਂਟ ਕੱਢ ਲੈਂਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਸ ਤੋਂ ਬਾਅਦ ਹੁਣ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ ਤੇ ਇਸ ਚੋਰ ਦੀ ਭਾਲ ਕੀਤੀ ਜਾ ਰਹੀ ਹੈ।